ਹੁਸ਼ਿਆਰਪੁਰ ਉਨਾ ਰੋਡ 'ਤੇ ਸਥਿਤ SBAC ਸੀਨੀਅਰ ਸੈਕੰਡਰੀ ਸਕੂਲ ਬਜਵਾਲਾ 'ਚ ਅੱਜ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਨੂੰ ਆਰਮੀ ਅਕੈਡਮੀ 'ਚ ਬਦਲਣ ਨੂੰ ਲੈ ਕੇ ਸਕੂਲ ਮੈਨੇਜਮੈਂਟ ਵਿਰੁੱਧ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਰੋਸ ਜ਼ਾਹਰ ਕਰਦਿਆਂ ਸਕੂਲੀ ਵਿਦਿਆਰਥੀਆਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਉਕਤ ਸਕੂਲ 'ਚ ਸਿੱਖਿਆ ਹਾਸਲ ਕਰ ਰਹੇ ਨੇ ਅਤੇ ਹੁਣ ਸਰਕਾਰ ਵੱਲੋਂ ਸਕੂਲ ਨੂੰ ਆਰਮੀ ਅਕੈਡਮੀ 'ਚ ਤਬਦੀਲ ਕਰਕੇ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਕਤ ਸਕੂਲ 'ਚ ਗਰੀਬ ਘਰਾਂ ਦੇ ਵਿਦਿਆਰਥੀ ਵੀ ਸਿੱਖਿਆ ਹਾਸਲ ਕਰ ਰਹੇ ਨੇ ਅਤੇ ਜੇਕਰ ਅਜਿਹੇ ਵਿੱਚ ਸਰਕਾਰ ਵੱਲੋਂ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਤਾਂ ਉਹਨਾਂ ਦੇ ਭਵਿੱਖ ਨਾਲ ਬਹੁਤ ਵੱਡਾ ਖਿਲਵਾੜ ਹੋਵੇਗਾ। ਇਸ ਸੰਬੰਧੀ ਗੱਲਬਾਤ ਕਰਦਿਆਂ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਸਰਕਾਰ ਵੱਲੋਂ ਸਕੂਲ 'ਚ ਆਰਮੀ ਦੀ ਅਕੈਡਮੀ ਬਣਾਈ ਜਾ ਰਹੀ ਹੈ ਅਤੇ ਸਕੂਲ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਕਿਸੇ ਹੋਰ ਜਗ੍ਹਾ 'ਤੇ ਮਰਜ ਕੀਤਾ ਜਾਵੇਗਾ। ਹੁਸ਼ਿਆਰਪੁਰ ਤੋਂ ਚੇਤਨ ਕਸ਼ਯਪ ਅਤੇ ਗੋਵਿੰਦਜੀਤ ਸਿੰਘ ਦੀ ਰਿਪੋਰਟ। ਬੱਚੇ ਨੂੰ ਸਕੂਲ ਸ਼ਿਫਟ ਕਰ ਰਹੇ, ਬੰਦ ਤਾਂ ਸਕੂਲ ਕਿੰਨੇ ਕੋਲ ਕਰ ਰਹੇ ਤੁਸੀਂ ਕਿਤੇ? ਬੱਚੇ ਨੂੰ ਸਰਕਾਰ ਕਿਸੇ ਪਾਸੇ ਸ਼ਿਫਟ ਕਰੂਗੀ, ਬੱਚੇ ਇਸ ਲਈ ਅਕੈਡਮੀ ਬਣਾ ਰਹੇ ਇੱਥੇ ਸਰਕਾਰ ਵੱਲੋਂ ਕੀਤੀ ਕੁਛ? ਸਰਕਾਰੀ ਸਕੂਲ ਫੈਸਿਲਿਟੀਆਂ ਸਾਰੇ ਹੈਗੀਆਂ ਹੀ ਆ, ਸਰਕਾਰੀ ਸਕੂਲ ਫੈਸਿਲਿਟੀਆਂ ਕਿਉਂ ਲੈਣ ਫੈਸਿਲਿਟੀਆਂ ਹੋਣਗੀਆਂ? ਫੈਸਿਲਿਟੀਆਂ ਤਾਂ ਸਾਰੇ ਹੈਗੀਆਂ, ਇਹ ਤਾਂ ਸਰਕਾਰ ਅਸੀਂ ਤਾਂ ਬੰਦ ਨਹੀਂ ਕਰ ਰਹੇ। ਮੈਡਮ ਨੇ ਜ਼ਮੀਨ ਸਰਕਾਰ ਨੂੰ ਦੇ ਤੀ, ਪੰਜਾਬ ਸਰਕਾਰ ਨੂੰ,
ਅੱਗੇ 50 ਸਿਲੇਬਸ ਨਹੀਂ ਸੀ ਇਹਨਾਂ ਕੀ 11 ਬੱਚਿਆਂ ਨੂੰ ਕਿੱਥੇ ਲਿਆਉਣਾ ਕੀ ਇਹਦੇ ਨਾਲ ਅਨਿਆਏ ਆ ਬੱਚਿਆਂ ਦਾ ਪੜ੍ਹਨ ਦਾ ਸੀਜ਼ਨ ਆ ਐਗਜ਼ਾਮੀਨੇਸ਼ਨ ਚੱਲਦੇ ਪਏ ਆ ਇਹਨਾਂ ਨੂੰ ਕਿਹਦੇ ਭਰੋਸੇ ਛੱਡਦੇ ਆ ਸਰਕਾਰ ਕਿਸੇ ਦੀ ਵੀ ਹੈ ਨਹੀਂ ਉਹ ਪੈਸੇ ਦੀ ਆ ਅਗਰ ਤੁਸੀਂ ਹੋਰ ਕਿਤੇ ਬਣਾ ਦਿਓ ਆਰਮੀ ਦਾ ਬਣਾਉਣਾ ਹੈਗਾ ਹੋਰ ਕਿਤੇ ਜਗ੍ਹਾ ਨਹੀਂ ਆ ਸਾਰੀਆਂ ਸਰਕਾਰੀ ਜਗ੍ਹਾ ਵਾਂ ਸ਼ਾਮਲਾ ਜਗ੍ਹਾ ਉੱਥੇ ਆਪਣੇ ਕਬਜ਼ੇ ਕਰ ਲੈਂਦੇ ਆ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸਾਕਸ਼ੀ ਵਿਸ਼ਿਸ਼ਟ ਆ ਮੈਂ ਵੀ ਇੱਥੋਂ ਹੀ ਪੜ੍ਹੀ ਹੋਈ ਹਾਂ ਮੇਰੇ ਮਾਮਾ ਜੀ ਇੱਥੇ ਦੇ ਪ੍ਰਿੰਸੀਪਲ ਸੀ ਉਹ ਵੀ ਇੱਥੋਂ ਪੜ੍ਹੇ ਹੋਏ ਆ ਮੇਰੇ ਨਾਨਾ ਜੀ ਇੱਥੋਂ ਪੜ੍ਹੇ ਹੋਏ ਆ ਡਾਕਟਰ ਰਾਜ ਕੁਮਾਰ ਉਹ ਵੀ ਇੱਥੋਂ ਪੜ੍ਹੇ ਹੋਏ ਆ ਇਹਨੇ ਲੀਡਰ ਕੋਈ ਨਹੀਂ ਜਾਗਦਾ ਆਰ ਯੂ ਰੈਡੀ ਟੂ ਸਟੱਡੀ ਵੀ ਹੈਵ ਦ ਹੋਸ਼ਿਆਰਪੁਰਸ ਨੰਬਰ 1 ਇੰਸਟੀਟਿਊਟ ਵੈਲ ਇਕਵਿਪਡ labs with modern facilities. For more information, log on to www.hisexcellent.com. Admission open for the season 2021. His Excellent Institutes of Medical, Non-Medical and Commerce.